here again on my channel jankari het myself it abhilashi sharma ikore fer tode naal accountancy da bada important issue debit note and credit note as a source documents ede mari gal karange detail de vich let's move ahead with me to discuss today's topic it's a very important topic from sub tree books point of view and as a source document would one alert for all of you see complete video to get complete content and knowledge see the video on full screen to understand content in a very effective way yes puri video dekho je pura har pehlu nu janana hai permanent jeekar asi memory de vich bithana hai second video nu full screen te dekho taaki sada jeha content hai oh saaf te sanu pura dekh sake tuhanada jeha vi device tusi use kar rahe ho laptop pc ਯਾ ਸੈਲਫੋਨ ਯਾ ਸਟੂਡੈਂਟ ਸਭ ਤੋਂ ਪਹਿਲਾਂ ਅਕਾਊਂਟੈਂਸੀ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਸੋਰਸ ਡਾਕੂਮੈਂਟਸ ਕੀ ਨੇ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਆਲ ਡਾਕੂਮੈਂਟਸ ਵਿਚ ਸਪੋਟਸ ਦ ਆ ਟ੍ਰਾਂਜੈਕਸ਼ਨ ਫੋਰ ਰਿਕਾਰਡਿੰਗ ਆਰ ਕਾਲਡ ਸੋਰਸ ਡਾਕੂਮੈਂਟ ਸਾਰੇ ਦੇ ਸਾਰੇ ਕਾਗਜ਼ ਪੱਤਰ ਵੀ ਉਹ ਜਿਹੜੇ ਬਿਜ਼ਨਸ ਦੀਆਂ ਬੁਕਸ ਆਫ ਅਕਾਊਂਟਸ ਦੇ ਵਿੱਚ ਕਿਸੇ ਐਂਟਰੀ ਨੂੰ ਰਿਕਾਰਡ ਕਰਨ ਦੇ ਲਈ ਇੱਕ سپورਟ ਡਾਕੂਮੈਂਟ ਦੇ ਰੂਪ ਦੇ ਵਿੱਚ ਵਰਤੇ ਜਾਂਦੇ ਨੇ ਜਿਨ੍ਹਾਂ ਦੇ ਬਿਹਾਫ ਦੇ ਉੱਤੇ ਇਹ ਚੀਜ਼ ਪਤਾ ਲੱਗਦੀ ਹੈ ਕਿ ਕਿਹੜੀ ट्रांजैक्शन ਹੋਣ ਵਾਲੀ ਹੈ ਤੇ ਉਸ ट्रांजैक्शन ਦਾ ਪ੍ਰੂਫ ਕੀ ਹੈ ਉਹਨਾਂ ਪ੍ਰੂਫ ਪ੍ਰੂਵ ਕਰਨ ਵਾਲੇ ਡਾਕੂਮੈਂਟਸ ਨੂੰ ਹੀ ਅਸੀਂ ਸੋਰਸ ਡਾਕੂਮੈਂਟ ਕਹਿੰਦੇ ਆਂ ਥੀਸ ਡਾਕੂਮੈਂਟਸ ਪ੍ਰੂਫਸ ਦਾ origin ਆਫ ਦਾ ट्रांजैक्शन ट्रांजैक्शन ਕਿੱਥੋਂ ਹੋਈ ਸੀ ਕਦੋਂ ਹੋਈ ਸੀ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਉਹਦੀ ਉਤਪਤੀ ਕਿੱਥੋਂ ਹੋਈ these documents indicate the nature date amount and the parties involved in transaction jada लेनदेन hoya kis date nu hoya kis kisam da लेनदेन hoya kedi kediya parties means kede kede vyakti ya business involved si it is written proof of the transaction business de kise vi लेनदेन da written proof hai source document bahut sare source document business de vich hunde ne books de accordingly ਕਲੀਅਰ ਹੋ ਗਿਆ ਸੋਰਸ ਡਾਕੂਮੈਂਟ ਕੀ ਹੁੰਦੇ ਨੇ ਜਿਸ ਤੋਂ ਜਿਹੜਾ ਰਿਕਾਰਡਿੰਗ ਕਰਨ ਵਾਲਾ ਅਕਾਊਂਟੈਂਟ ਹੈ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਟ੍ਰਾਂਜੈਕਸ਼ਨ ਕਿਵੇਂ ਹੋਈ ਉਹਦੇ ਕੋਲ ਪ੍ਰੂਫ ਹੁੰਦਾ ਉਸ ਡਾਕੂਮੈਂਟ ਨੂੰ ਪਹਿਲਾਂ ਦੇਖਦਾ ਫਿਰ ਉਹ ਰਿਕਾਰਡ ਕਰਦਾ ਐਵੇਂ ਨਹੀਂ ਵੀ ਅਕਾਊਂਟੈਂਟ ਆਪਣੀ ਮਰਜ਼ੀ ਨਾਲ ਵਿੱਚ ਲਿਖੀ ਜਾਂਦਾ ਕਲੀਅਰਸ ਉਹਨਾਂ ਨੂੰ ਸਾਰੇ ਡਾਕੂਮੈਂਟਸ ਨੂੰ ਕਾਗਜ਼ ਪਤਰਾ ਨੂੰ ਅਸੀਂ ਸੋਰਸ ਡਾਕੂਮੈਂਟ ਕਹਿੰਦੇ ਹਾਂ ਸੋਰਸ ਡਾਕੂਮੈਂਟ ਮੈਂ ਕੁਝ ਦੱਸਦਾ ਜਿਵੇਂ ਕੈਸ਼ ਬੁੱਕ ਹੈ ਸਾਰਿਆਂ ਨੂੰ ਪਤਾ ਹੈ ਸਬਸਿਡਰੀ ਬੁੱਕ ਹੈ ਕੈਸ਼ ਬੁੱਕ ਕੈਸ਼ ਬੁੱਕ ਦੇ ਵਿੱਚ ਜਦੋਂ ਕੈਸ਼ੀਅਰ ਰਿਕਾਰਡ ਕਰਦਾ ਕਿੱਥੋਂ ਰਿਕਾਰਡ ਕਰੇਗਾ ਇਹ ਨਹੀਂ ਕਿ ਉਹਨੂੰ ਕਿਸ ਨੇ ਦੱਸਤਾ ਉਹਦੇ ਕੋਲ ਕਾਗਜ਼ ਪੱਤਰ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਡਾਕੂਮੈਂਟਸ ਕਹਿੰਦੇ ਆ ਉਹ ਉਹਨਾਂ ਕਾਗਜ਼ ਪੱਤਰਾਂ ਨੂੰ ਅਸੀਂ ਕੈਸ਼ ਮੀਮੋ ਜਾਂ ਕੈਸ਼ ਵਾਊਚਰਸ ਕਹਿੰਦੇ ਆ ਜਦੋਂ ਵੀ ਬਿਜ਼ਨਸ ਦੇ ਵਿੱਚ ਕੈਸ਼ ਦੀ ਕੋਈ ਪੇਮੈਂਟ ਹੁੰਦੀ ਹੈ ਜਾਂ ਕੈਸ਼ ਰਸੀਵ ਹੁੰਦਾ ਇੱਕ ਵਾਊਚਰ ਇਸ਼ੂ ਕੀਤਾ ਜਾਂਦਾ ਕੈਸ਼ ਮੀਮੋ ਇਸ਼ੂ ਕੀਤਾ ਜਾਂਦਾ ਉਹਦਾ ਇੱਕ ਨੰਬਰ ਹੁੰਦਾ ਉਹ ਨੰਬਰ ਤੁਹਾਨੂੰ ਯਾਦ ਹੋਵੇਗਾ ਜਿਹੜਾ ਵਾਊਚਰ ਨੰਬਰ ਹੈ ਅਸੀਂ ਕੈਸ਼ ਬੁੱਕ ਦੇ ਵਿੱਚ ਸ਼ੋਅ ਕਰਦੇ ਹੁੰਦੇ ਆ ਉਹ ਸੋਰਸ ਡਾਕੂਮੈਂਟ ਹੈ ਜੇ ਪਰਚੇਸ ਬੁੱਕ ਹੈ ਸਬਸਟਰੀ ਬੁੱਕ ਦੇ ਰੂਪ ਦੇ ਵਿੱਚ ਜਿਸ ਦੇ ਵਿੱਚ ਕ੍ਰੈਡਿਟ ਪਰਚੇਸ ਦਿਖਾ ਰਹੇ ਨੇ ਸਾਰਾ ਉੱਥੇ ਜਿਹੜਾ ਸੋਰਸ ਡਾਕੂਮੈਂਟ ਹੁੰਦਾ ਉਹਨੂੰ ਅਸੀਂ ਇਨਵੌਇਸ ਨੰਬਰ ਕਹਿੰਦੇ ਆ ਜਾਂ ਇਨਵਰਡ ਅਨਵਾਈਸ ਫਰੋਮ ਸਪਲਾਈਅਰ ਜਿਹੜਾ ਸਪਲਾਈਅਰ ਹੈ ਜਿਸ ਤੋਂ ਅਸੀਂ ਚੀਜ਼ਾਂ ਪਰਚੇਸ ਕੀਤੀਆਂ ਨੇ ਉਹਨੇ ਇੱਕ ਬਿੱਲ ਜਾਰੀ ਕੀਤਾ ਹੋਇਆ ਹੁੰਦਾ ਹੈ ਨਾਰਮਲ ਭਾਸ਼ਾ 'ਚ ਅਸੀਂ ਬਿੱਲ ਕਹਿੰਦੇ ਐਕਚੁਅਲ ਨੇਮ ਇਜ਼ ਇਨਵੌਇਸ ਇਸ ਕਰਕੇ ਪਰਚੇਸ ਬੁੱਕ ਦੇ ਵਿੱਚ ਇਨਵੌਇਸ ਨੰਬਰ ਸ਼ੋ ਹੁੰਦਾ ਹੈ ਪਰਚੇਸ ਰਿਟਰਨ ਬੁੱਕ ਪਰਚੇਸ ਰਿਟਰਨ ਬੁੱਕ ਜਦੋਂ ਅਸੀਂ ਕੋਈ ਗੁੱਡਸ ਵਾਪਸ ਪਰਚੇਜ਼ ਕੀਤੀਆਂ ਵਾਪਸ ਕਰਤੀਆਂ ਡੂ ਟੂ ਸਰਟਨ ਰੀਜਨਸ ਤਾਂ ਉਦੋਂ ਜਿਹੜਾ ਸੋਰਸ ਡਾਕੂਮੈਂਟ ਹੁੰਦਾ ਹੈ ਉਹ ਹੁੰਦਾ ਹੈ ਡੈਬਿਟ ਨੋਟ ਡੈਬਿਟ ਨੋਟ ਇਸ਼ੂ ਟੂ ਦਾ ਸਪਲਾਇਰ ਇਹਦੇ ਬਾਰੇ ਅਪਰ ਡਿਟੇਲਸ ਗੱਲ ਕਰਾਂਗੇ ਥੋੜਾ ਟੈਕਨੀਕਲ ਇਸ਼ੂ ਹੈ ਸੇਲ ਬੁੱਕ ਸੇਲ ਬੁੱਕ ਦੇ ਲਈ ਆਊਟਵਰਡ ਇਨਵੋਇਸ ਨੰਬਰ ਇਸ਼ੂ ਟੂ ਦਾ ਕਸਟਮਰ ਜਦੋਂ ਸੇਲ ਕੀਤੀ ਜਾਂਦੀ ਹੈ ਤਾਂ ਬਿਜ਼ਨਸਮੈਨ ਇੱਕ ਇਨਵੋਇਸ ਕੱਟ ਕੇ ਦਿੰਦਾ ਹੈ ਕਸਟਮਰ ਨੂੰ ਤਾਂ ਉਹ ਜਿਹੜਾ ਅਨਵਾਇਸ ਹੈ ਉਹਨੂੰ ਅਸੀਂ ਆਊਟਵਰਡ ਇਨਵਾਇਸ ਕਹਿੰਦੇ ਆ ਉਹਦਾ ਵੀ ਇੱਕ ਨੰਬਰ ਹੁੰਦਾ ਉਹ ਵੀ ਜਿਹੜਾ ਅਨਵਾਇਸ ਹੈ ਕਾਗਜ਼ ਪੱਤਰ ਦੇ ਰੂਪ ਦੇ ਵਿੱਚ ਸੋਰਸ ਡਾਕੂਮੈਂਟ ਹੁੰਦਾ ਹੈ ਸੇਲਜ਼ ਬੁੱਕ ਦੇ ਲਈ ਸੇਲਜ਼ ਰਿਟਰਨ ਬੁੱਕ ਦੇ ਲਈ ਜਿਵੇਂ ਪਰਚੇਜ਼ ਰਿਟਰਨ ਦੇ ਲਈ ਡੈਬਿਟ ਨੋਟ ਹੁੰਦਾ ਹੈ ਸੇਲ ਰਿਟਰਨ ਦੇ ਲਈ ਕ੍ਰੈਡਿਟ ਨੋਟ ਇਹ ਆਪਾਂ ਅੱਗੇ ਗੱਲ ਕਰਦੇ ਆਂ ਅੱਜ ਸਾਡਾ ਮੇਨ ਟਾਪਿਕ ਹੈ ਜਰਨਲ ਪ੍ਰੋਪਰ ਦੇ ਲਈ ਟਰਾਂਸਫਰ ਵਾਊਚਰਸ ਹੁੰਦੇ ਨੇ ਤਾਂ ਇਹ ਸਾਰੇ ਸੋਰਸ ਡਾਕੂਮੈਂਟਸ ਦੀ ਲਿਸਟ ਹੈ ਜਿਹੜਾ ਕੋਈ ਵੀ ਰਿਕਾਰਡਿੰਗ ਕਰਦੇ ਹੋਏ ਬਿਜ਼ਨਸ ਦੇ ਵਿੱਚ ਕਿਸੇ ਵੀ ਹਿਸਾਬ ਕਿਤਾਬ ਨੂੰ ਮੇਨਟੇਨ ਕਰਨ ਦੇ ਲਈ ਇੱਕ ਪ੍ਰੂਫ ਦੇ ਰੂਪ ਦੇ ਵਿੱਚ ਇਹਨਾਂ ਕਾਗਜ਼ ਪਤਰਾ ਨੂੰ ਵਰਤਿਆ ਜਾਂਦਾ ਹੈ ਸੋ ਸਟੂਡੈਂਟਸ ਲੈਟਸ ਡਿਸਕਸ ਵਨ ਆਫ ਦਾ ਇੰਪੋਰਟੈਂਟ ਟਾਪਿਕ ਆਫ ਟੂਡੇਜ਼ ਕੰਟੈਂਟਸ ਥੈਟ ਇਜ਼ ਡੈਬਿਟ ਨੋਟ ਡੈਬਿਟ ਨੋਟ ਕੀ ਹੁੰਦਾ ਨਾਮ ਦੱਸ ਰਿਹਾ ਡੈਬਿਟ ਕਾਮਰਸ ਵਾਲੇ ਹੋ ਡੈਬਿਟ ਸਮਝਦੇ ਹੋਗੇ ਇਟ ਇਜ਼ ਅ ਸੋਰਸ ਆਫ ਰਿਕਾਰਡਿੰਗ ਫੋਰ ਪਰਚੇਸ ਰਿਟਰਨਸ ਬੁੱਕ ਮੈਂ ਪਹਿਲਾਂ ਦੱਸੇ ਪਰਚੇਸ ਰਿਟਰਨ ਬੁੱਕ ਚ ਜਦੋਂ ਕੋਈ ਅਕਾਊਂਟੈਂਟ ਜਾਂ ਕਲਰਕ ਬੈਠਾ ਹੋਵੇ ਵਿੱਚ ਨੋਟ ਕਰ ਰਿਹਾ ਕਿ ਵਸਤੂਆਂ ਜਿਹੜੀਆਂ ਪਰਚੇਜ਼ ਕੀਤੀਆਂ ਸੀ ਡਿਊ ਟੂ ਸਰਟਨ ਰੀਜ਼ਨ ਵਾਪਸ ਕਰਤੀਆਂ ਤਾਂ ਉਸ ਟਾਈਮ ਇੱਕ ਡਾਕੂਮੈਂਟ ਤਿਆਰ ਕੀਤਾ ਜਾਂਦਾ ਹੈ ਉਹਨੂੰ ਸੋਰਸ ਡਾਕੂਮੈਂਟ ਕਹਿੰਦੇ ਨੇ ਜਿਹਦੇ 베ਸ ਤੇ ਉਹ ਰਿਕਾਰਡਿੰਗ ਕਰਦਾ ਹੈ ਇਟ ਇਜ਼ ਅ ਡਾਕੂਮੈਂਟ sent by the business to the person to whom goods are returned ਇਹ ਜਿਹੜਾ ਡੈਬਿਟ ਨੋਟ ਹੁੰਦਾ ਹੈ ਇਹਨੂੰ ਬਿਜ਼ਨਸ ਉਸ ਵਿਅਕਤੀ ਨੂੰ ਜਿਹਨੂੰ ਅਸੀਂ ਸਪਲਾਇਰ ਕਹਿੰਨੇ ਉਸ ਨੂੰ ਭੇਜਦਾ ਹੈ ਜਿਸ ਵਿਅਕਤੀ ਨੂੰ ਗੁੱਡਸ ਵਾਪਿਸ ਕੀਤੀਆਂ ਜਾਂਦੀਆਂ ਨੇ ਇਟ ਇਜ਼ ਐਨ ਇਨਟੀਮੇਸ਼ਨ ਟੂ ਦਾ ਸਪਲਾਇਰ ਇਸ ਸਪਲਾਇਰ ਨੂੰ ਇਨਟੀਮੇਸ਼ਨ ਮੈਨੇ ਇੱਕ ਸੂਚਨਾ ਹੁੰਦੀ ਹੈ ਥੈਟ ਇਸ ਅ ਕਾਊਂਟ ਹੈਜ਼ ਬੀਨ ਡੈਬਿਟਿਡ ਕਿ ਉਸ ਨੂੰ ਦੱਸਿਆ ਜਾਂਦਾ ਹੈ ਕਿ ਤੇਰੇ ਅਕਾਊਂਟ ਨੂੰ ਇੰਨੀ ਅਮਾਊਂਟ ਦੇ ਨਾਲ ਡੈਬਿਟ ਕਰਤਾ ਵਿਦ ਦਾ ਵੈਲਿਊ ਆਫ ਗੁੱਡਸ ਰਿਟਰਨ ਜੋ ਵਸਤੂਆਂ ਤੈਨੂੰ ਵਾਪਿਸ ਕੀਤੀਆਂ ਨੇ ਉਸ ਅਮਾਊਂਟ ਦੇ ਨਾਲ ਉਸ ਵਿਅਕਤੀ ਦੇ ਅਕਾਊਂਟ ਨੂੰ ਸਪਲਾਈਅਰ ਦੇ ਅਕਾਊਂਟ ਨੂੰ ਡੈਬਿਟ ਕਰਤਾ ਉਸ ਵਿਅਕਤੀ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਉਹ ਡੂ ਟੂ ਐਨੀ ਅਦਰ ਕਾਜ਼ਸ ਵੈਨ ਸਪਲਾਈਅਰਸ ਅਕਾਊਂਟ ਹੈਜ਼ ਬੀਨ ਡੈਬਿਟਡ ਜਾਂ ਕਿਸੇ ਹੋਰ ਕਾਰਨ ਕਰਕੇ ਜੇਕਰ ਸਪਲਾਈਅਰ ਦਾ ਅਕਾਊਂਟ ਡੈਬਿਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਡੈਬਿਟ ਨੋਟ ਭੇਜ ਦਿੱਤਾ ਜਾਂਦਾ ਹੈ ਇਹ ਇਨਟੀਮੇਸ਼ਨ ਦੰਦੇ ਹੋਏ ਕਿ ਸਪਲਾਈਅਰ ਦੇ ਅਕਾਊਂਟ ਨੂੰ ਇੰਨੇ ਅਮਾਊਂਟ ਦੇ ਨਾਲ ਡੈਬਿਟ ਕਰ ਦਿੱਤਾ ਗਿਆ ਮਤਲਬ ਕੀ ਬਣਿਆ ਧਿਆਨ ਨਾਲ ਸੋਚੋ ਜਦੋਂ ਪਰਚੇਜ਼ ਕੀਤੀ ਜਾਂਦੀ ਹੈ ਉਹ ਤੋਂ ਐਂਟਰੀ ਕਿ ਹੁੰਦੀ ਹੈ ਪਰਚੇਜ਼ ਅਕਾਊਂਟ ਡੈਬਿਟ ਟੂ ਸਪਲਾਈਅਰ ਜਿਹੜਾ ਉਹਨੂੰ ਗੁੱਡਸ ਵਾਪਿਸ ਕਰਤੀਆਂ ਪਹਿਲਾਂ ਤਾਂ ਉਹ ਕ੍ਰੈਡਿਟਰ ਸੀ ਬਿਜ਼ਨਸ ਦਾ ਕਿਉਂਕਿ ਉਸ ਸਪਲਾਈਅਰ ਨੂੰ ਪੈਸੇ ਦੇਣੇ ਸੀ ਜਦੋਂ ਗੁੱਡਸ ਵਾਪਿਸ ਕਰਤੀਆਂ ਤਾਂ ਹੁਣ ਘਟ ਕ੍ਰੈਡਿਟਰ ਹੋ ਗਿਆ ਨਾ ਮਤਲਬ ਉਹ ਅਮਾਉਂਟ ਨੂੰ ਉਸ ਵਿਅਕਤੀ ਨੂੰ ਸਪਲਾਈਅਰ ਨੂੰ ਉਸ ਅਮਾਉਂਟ ਦੇ ਨਾਲ ਅਸੀਂ ਡੈਬਿਟ ਕਰਤਾ ਜਿੰਨੇ ਅਮਾਉਂਟ ਦੀਆਂ ਗੁੱਡਸ ਵਾਪਿਸ ਚਲੀਆਂ ਗਈਆਂ ਉਸ ਹਾਲਤ ਦੇ ਵੀ ਜਿਹੜਾ ਡਾਕੂਮੈਂਟ ਤਿਆਰ ਕੀਤਾ ਜਾਂਦਾ ਹੈ ਸਪਲਾਈਅਰ ਨੂੰ ਦੇਣ ਦੇ ਲਈ ਉਹਨੂੰ ਇਨਫੋਰਮੇਸ਼ਨ ਦੇਣ ਦੇ ਲਈ ਉਸ ਅਸੀਂ ਡਾਕੂਮੈਂਟ ਨੂੰ ਡੈਬਿਟ ਫਾਰਮੈਟ ਦੇਖੋ ਡੈਬਿਟ ਨੋਟ ਦਾ ਪਹਿਲਾ ਜਰਨਲ ਇੱਕ ਐਗਜ਼ਾਮਪਲ ਹੈ ਸਭ ਤੋਂ ਪਹਿਲਾਂ ਮੈਂ ਦੱਸਦਾ ਜਿਹੜੀ ਫਰਮ ਹੁੰਦੀ ਹੈ ਉਹਦਾ ਆਪਣਾ ਡੈਬਿਟ ਨੋਟ ਲਿਖ ਕੇ ਇੱਥੇ ਐਡਰੈਸ ਹੁੰਦਾ ਫਰਮ ਦਾ ਆਪਣਾ ਕੋਈ ਵੀ ਹੋ ਸਕਦਾ ਹੈ ਉਹ ਜਿਵੇਂ ਇੱਥੇ ਲੇਡੀਜ਼ ਸਿਲੈਕਸ਼ਨ ਦਾ ਮਾਲ ਸ਼ਿਮਲਾ ਇਹ ਡੈਬਿਟ ਨੋਟ ਤਿਆਰ ਕਰਨ ਵਾਲੀ ਫਰਮ ਹੈ ਤਾਂ ਇਹਨਾਂ ਨੇ ਆਪਣੇ ਸਪਲਾਈਅਰ ਨੂੰ ਡੈਬਿਟ ਨੋਟ ਭੇਜਿਆ ਉੱਪਰ ਉਹਨਾਂ ਦਾ ਐਡਰੈਸ ਹੈ ਮੇਲ ਫੋਨ ਨੰਬਰ ਵਹੀ ਇਹਨਾਂ ਨੂੰ ਕਾਲ ਨਾ ਕਰਨੀ ਸ਼ੁਰੂ ਕਰ ਦਿਓ ਇਹ ਜਸਟ ਇੱਕ ਫਾਰਮੈਟ ਹੈ ਇਸ ਡੈਬਿਟ ਨੋਟ ਦਾ ਨੰਬਰ ਦੇਖੋ 303 ਤੇ ਇਹ ਡੈਬਿਟ ਨੋਟs ਜਿਹੜੀਆਂ ਵਸਤੂਆਂ ਵਾਪਸ ਭੇਜੀਆਂ ਸੀ ਉਸ ਦਾ ਰੇਟ ਕੀ ਸੀ ਜਦੋਂ ਪਰਚੇਜ਼ ਕੀਤੀਆਂ ਗਈਆਂ ਸੀ ਉਦੋਂ ਇਨਵੌਇਸ ਆਇਆ ਹੋਣਾ ਤਾਂ ਉਸ ਇਨਵੌਇਸ ਦਾ ਨੰਬਰ ਇੱਥੇ ਸ਼ੋ ਕੀਤਾ ਹੋਇਆ ਤੁਹਾਡੇ ਸਾਹਮਣੇ ਦੇਖੋ ਰੈਫਰੈਂਸ ਇਨਵੌਇਸ ਨੰਬਰ ਕਿਉਂਕਿ ਜਿਹੜੀ ਡਿਟੇਲ ਹੈ ਬਿਜ਼ਨਸ ਸਪਲਾਈਅਰ ਨੂੰ ਪਤਾ ਲੱਗ ਸਕੇ ਕਿ ਉਸ ਕੋਲ ਕਿਹੜੀਆਂ ਵਸਤੂਆਂ ਵਾਪਸ ਆ ਰਹੀਆਂ ਨੇ ਜਿਸ ਦਾ ਕੀ ਰੇਟ ਸੀ ਉਹ ਇਨਵੌਇਸ ਨੰਬਰ ਦਾ ਇੱਥੇ ਰੈਫਰੈਂਸ ਦਿੱਤਾ ਗਿਆ ਡੇਟ 2 ਭੇਜਿਆ ਕਿਹਨੂੰ ਹੈ ਡੈ ਡੈਵਿਡ ਨੋਟ ਟੂ ਚੋਪੜਾ ਗਾਰਮੈਂਟਸ ਕਾ ਏ ਕਾਂਗੜਾ ਹਿਮਾਚਲ ਪ੍ਰਦੇਸ਼ ਡ ਇਹ ਮਤਲਬ ਲੇਡੀ ਸਲੈਕਸ਼ਨ ਮਾਲ ਸ਼ਿਮਲਾ ਵਾਲੇ ਚੋਪੜਾ ਗਾਰਮੈਂਟ ਵਾਲਿਆਂ ਨੂੰ ਕਾਂਗੜੇ ਵਾਲਿਆਂ ਨੂੰ ਇਹ ਇਨਫੋਰਮੇਸ਼ਨ ਦੇ ਰਹੇ ਨੇ ਕਿ ਤੁਹਾਡੇ ਅਕਾਊਂਟ ਨੂੰ ਇਹਨਾਂ ਵਸਤੂਆਂ ਦੀ ਜਿੰਨੀ ਵੈਲਿਊ ਹੈ ਉਸ ਨਾਲ ਡੈਬਿਟ ਕੀਤਾ ਗਿਆ ਦੇਖੋ ਲੈਂਗੁਏਜ ਵੀ ਲਿਖੀ ਹੋਈ ਹੁੰਦੀ ਹੈ ਵੀ ਆਰ ਡੈਬਿਟਿੰਗ ਯੂਅਰ ਅਕਾਊਂਟ with the value under mentioned goods return to you for the reason stated below to anu e vastu nu wapis bheja ja re yani jis da karan vi niche likhe hai te us value de naal tuhade account nu debit kita ja re ta hi ta da naam debit note hai means ono saada creditor kat gaya saada da matlab man lo asi lady selection mall shimla wale ta oh hun saada creditor kat gaya onu hun kat paise dene nahi iniyan vastu wapis bhej diyan রেকর্ড উপর পারচেজ রিটার্ন কি কি পারচেজ রিটার্ন ਕੀਤਾ 10 লেডি স্যুটস 20 कॉटन सूट्स डजंट मैटर ਕੋਈ ਵੀ ਵਸਤੂਆਂ ਹੋਣਗੀਆਂ বিজনেস ਦੇ ਅਕੋਰਡਿੰਗਲੀ ਅਸੀਂ ਇਸ ਅਮਾਉਂਟ ਜਾਣ ਦੀ ਜ਼ਰੂਰਤ ਨਹੀਂ ਜੇ ਟ੍ਰੇਡ ডিসਕਾਊਂਟ ਉਸ ਟਾਈਮ ਖਰੀਦੇ ਹੋਏ ਦਿੱਤਾ ਲਿੱਤਾ ਸੀ ਤਾਂ ਟ੍ਰੇਡ ডিসਕਾਊਂਟ ਹੋਣਾ ਮਾਈਨਸ ਫੇਅਰ ਹੋਏਗਾ 10% ਟ੍ਰੇਡ ডিসਕਾਊਂਟ ਕਰਤਾ ਤੇ ਵਸਤੂਆਂ ਦਾ نیٹ ਅਮਾਉਂਟ ਬਣ ਗਿਆ 10350 ਇਹਦਾ ਮਤਲਬ ਕਿਉਂ ਵਾਪਿਸ ਕੀਤੀ ਉਹ ਵੀ ਲਿਖਤਾ ਬੀਇੰਗ ਦਾ ਇਨਫੀਰੀਅਰ ਕੁਆਲਿਟੀ ਗੁੱਡਸ ਕਿਉਂਕਿ ਵਸਤੂਆਂ ਘਟੀਆ ਕਿਸਮ ਦੀਆਂ ਸੀ 4 ਲੇਡੀਜ਼ ਸੈLECTION ਸ਼ੀਟ ਵਾਲਾ ਵਲਈਆ ਉਹਨਾਂ ਦਾ ਮੈਨੇਜਰ ਹੈ ਕਨਸਰਨਡ ਪਾਰਟਨਰ ਹੈ ਉਹ ਸਾਈਨ ਕਰ ਦੇਗਾ ਇਸ ਜਗ੍ਹਾ ਦੇ ਉੱਤੇ ਇੱਕ ਬੜਾ ਇੰਪੋਰਟੈਂਟ ਪਹਿਲੂ ਹੈ ਸਟੂਡੈਂਟਸ ਤੁਹਾਡੇ ਲਈ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਦੱਸਦਾ ਮੈਂ E&OE ਕੀ ਹੁੰਦਾ ਹੈ ਇਹ ਹਰ ਬਿੱਲ ਦੇ ਉੱਤੇ ਇਨਵੌਇਸ ਦੇ ਉੱਤੇ ਡੈਬਿਟ ਨੋਟ ਕ੍ਰੈਡਿਟ ਨੋਟ ਤੇ ਲਿਖਿਆ ਹੋਇਆ ਹੁੰਦਾ ਹੈ ਇਹ ਪਤਾ ਕੀ ਹੈ ਜੇਕਰ ਸਾਡੇ ਕਿਸੇ ਡਾਕੂਮੈਂਟ ਸਾਡੇ ਤੋਂ ਬਾਈ ਚਾਂਸ ਕੋਈ ਕਲੈਰੀਕਲ ਮਿਸਟੇਕ ਹੋ ਜੇ ਕਾਨੂੰਨ ਕੋਰਟ ਦੇ ਵਿੱਚ ਸਾਨੂੰ ਦੋਸ਼ੀ ਨਾ ਠਹਿਰਾਇਆ ਜਾ ਸਕੇ ਅਸੀਂ ਆਪਣਾ ਮੰਨ ਲੈਣੇ ਕਿ ਕਦੇ ਕਲੈਰੀਕਲ ਮਿਸਟੇਕ ਹੋ ਸਕਦੀ ਹੈ ਕਿਸੇ ਵੀ ਡਾਕੂਮੈਂਟਸ ਤਾਂ ਉਥੇ E&OE ਲਿਖਿਆ ਹੋਇਆ ਹੁੰਦਾ ਜਿਸ ਦੀ ਫੁੱਲ ਫਾਰਮ ਕੀ ਹੈ 에ਰਰ ਐਂਡ ਓਮਿਸ਼ਨ ਐਕਸਪੈਕਟਡ ਗਲਤੀ ਤੇ ਭੁੱਲ ਦੀ ਸੰਭਾਵਨਾ ਹੈ ਤੁਸੀਂ ਦੇਖਿਆ ਕਰੋ ਹਰ ਬਿਲ ਤੇ ਲਿਖਿਆ ਹੋਇਆ ਹੁੰਦਾ ਇਹ ਆ ਪੂਰਾ ਪਰਫਾਰਮਾ ਡੈਬਿਟ ਨੋਟ ਦਾ ਜਿਸ ਮਾਲ ਸ਼ਿਮਲਾ ਵਾਲੇ ਨੇ ਲੇਡੀ ਸੈLECTION Shimla ਵਾਲਿਆਂ ਨੇ Choapda Garment Kangra Kangra ਵਾਲਿਆਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੇ ਅਕਾਊਂਟ ਨੂੰ ਵਸਤੂਆਂ ਵਾਪਸ ਭੇਜਣ ਕਰਕੇ ਇਹ अमाउंट ਨਾਲ ਡੈਬਿਟ ਕਰਤਾ that is debit note clear ਹੋ ਗਿਆ ਯੇ ਸਟੂਡੈਂਟਸ ਤੇ ਇੱਕ ਗੱਲ ਧਿਆਨ ਦੇਖੋ ਇਹਦੀ ਜ਼ਰੂਰਤ ਕਿੱਥੇ ਪੈਣੀ ਆ ਸਾਨੂੰ ਰਿਕਾਰਡਿੰਗ ਕਰਦੇ ਹੋਏ ਮੈਂ ਬੋਲਿਆ ਕਿ ਜਦੋਂ ਵਸਤੂਆਂ ਦੀ ਜਿਹੜੀਆਂ ਪਰਚੇਜ਼ ਕੀਤੀਆਂ ਸੀ ਉਹ ਵਾਪਸ ਕਰਤੀਆਂ ਪਰਚੇਜ਼ ਰਿਟਰਨ ਬੁక్స్ ਤਾਂ ਹੀ ਤਾਂ ਦੇਖੋ ਪਰਚੇਜ਼ ਰਿਟਰਨ ਬੁੱਕ ਦਾ ਫਾਰਮੈਟ ਕੀ ਹੈ ਡੇਟ ਪਾਰਟਿਕੁਲਰਸ ਇਹ ਹੈ ਡੈਬਿਟ ਨੋਟ ਨੰਬਰ ਜਿੱਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਲੈਜ਼ਰ ਫੋਲੀਓ ਅਮਾਉਂਟ ਰੁਪੀਸ ਡਿਟੇਲ ਟੋਟਲ ਰਿਮਾਰਕਸ ਇਹ ਪਰਚੇਸ ਰਿਟਰਨ ਬੁੱਕ ਦੇ ਆਪਾਂ ਕੁਐਸਚਨ ਕਰਾਂਗੇ ਉਸ ਟਾਈਮ ਆਪਾਂ ਸਿੱਖਾਂਗੇ ਇਸ ਚੀਜ਼ ਨੂੰ ਕਿ ਇਹਦੇ ਵਿੱਚ ਕਿਸ ਤਰ੍ਹਾਂ ਭਰੀਦਾ ਹੈ ਤੇ ਅੱਜ ਡੈਬਿਟ ਨੋਟ ਕਲੀਅਰ ਹੋ ਗਿਆ ਕਿ ਪਰਚੇਸ ਰਿਟਰਨ ਬੁੱਕ ਦੇ ਵਿੱਚ ਇਹਦੀ ਕਾਲਮ ਹੁੰਦੀ ਹੈ ਤੇ ਉੱਥੇ ਇਹਦਾ ਮਤਲਬ ਇਹ ਵਾਲਾ ਡੈਬਿਟ ਨੋਟ ਦਾ ਨੰਬਰ ਹੁੰਦਾ ਹੈ ਜੇ ਸਟੂਡੈਂਟਸ ਨੈਕਸਟ ਆ ਗਿਆ ਕ੍ਰੈਡਿਟ ਨੋਟ ਜੇ ਡੈਬਿਟ ਨੋਟ ਸਮਝ ਲੱਗ ਗਿਆ ਨਾ ਤਾਂ ਕ੍ਰੈਡਿਟ ਨੋਟ ਵੀ ਸਮਝ ਲੱਗੇਗਾ ਇਟ ਇਜ਼ ਅ ਸੋਰਸ ਆਫ ਰਿਕਾਰਡਿੰਗ ਫਾਰ ਸੇਲਸ ਰਿਟਰਨ ਬੁੱਕ ਸੇਲਸ ਰਿਟਰਨ ਬੁੱਕ ਦੇ ਵਿੱਚ ਜਦੋਂ ਕੋਈ ਵਸਤੂਆਂ ਵਾਪਿਸ ਆਈਆਂ ਰਿਕਾਰਡ ਕਰਦੇ ਆਂ ਅਸੀਂ ਸੇਲ ਕੀਤੀ ਕਸਟਮਰ ਨੂੰ ਵਾਪਿਸ ਆ ਗਈਆਂ ਤੇ ਅਸੀਂ ਕਿੱਥੋਂ ਆਈਆਂ ਇਹਦਾ ਰਿਕਾਰਡ ਕੀ ਹੈ ਰਿਟਰਨ ਪੈਪਰੂ ਕੀ ਹੈ ਰਿਟਰਨ ਡਾਕੂਮੈਂਟ ਕੀ ਹੈ ਥੈਟ ਇਜ਼ ਸੋਰਸ ਡਾਕੂਮੈਂਟ ਇਹਦਾ ਸੋਰਸ ਡਾਕੂਮੈਂਟ ਕੀ ਹੈ ਕ੍ਰੈਡਿਟ ਨੋਟ ਇਟ ਇਜ਼ ਅ ਡਾਕੂਮੈਂਟ ਇਸ਼ੂਡ ਬਾਈ ਸੈਲਰ ਟੂ ਦਾ ਬਾਇਰ অর ਦਾ ਕਸਟਮਰ ਹੂ ਰਿਟਰਨ ਗੂਡਸ ਅਲੋਂਗ ਵਿਦ ਦਾ ਡੈਬਿਟ ਨੋਟ ਬਹੁਤ ਇੰਪੋਰਟੈਂਟ ਗੱਲ ਹੈ ਜਿਵੇਂ ਪਿੱਛੇ ਅਸੀਂ ਐਗਜ਼ਾਮਪਲ ਕੀਤੀ ਹੈ ਕਿ ਅਸੀਂ ਸਪਲਾਇਰ ਨੂੰ ਵਸਤੂਆਂ ਵਾਪਸ ਕਰਤੀਆਂ ਤੇ ਨਾਲ ਇੱਕ ਡੈਬਿਟ ਨੋਟ ਭੇਜਤਾ ਉਸ ਡੈਬਿਟ ਨੋਟ ਨੂੰ ਦੇਖਦੇ ਹੋਏ ਜਿਹੜਾ ਸਪਲਾਇਰ ਹੈ ਉਹ ਆਪਣੀ ਸੇਲ ਰਿਟਰਨ ਬੁੱਕ ਚ ਗੁੱਡਸ ਰਿਸੀਵ ਕਰ ਲੇਗਾ ਕਿਉਂਕਿ ਉਸ ਦੇ ਲਈ ਉਹ ਸੇਲ ਸੀ ਤਾਂ ਨਾਲ ਹੀ ਉਹ ਇੱਕ ਕ੍ਰੈਡਿਟ ਨੋਟ ਤਿਆਰ ਕਰੇਗਾ ਐਕਨੋਲਜਮੈਂਟ ਦੇ ਰੂਪ ਦੇ ਵਿੱਚ ਆਪਣੇ ਕਸਟਮਰ ਨੂੰ ਇਨਫਰਮੇਸ਼ਨ ਦੇਣ ਦੇ ਲਈ ਕਿ ਤੁਹਾਡੇ ਅਕਾਊਂਟ ਨੂੰ ਅਸੀਂ ਇੰਨੇ ਅਮਾਊਂਟ ਦੇ ਨਾਲ ਕ੍ਰੈਡਿਟ ਕਰਤਾ yes ਜੇ ਕਸਟਮਰ ਨੇ ਸਪਲਾਈਅਰ ਦੇ ਅਕਾਊਂਟ ਨੂੰ ਡੈਬਿਟ ਕੀਤਾ ਸੀ ਤਾਂ ਸਪਲਾਈਅਰ ਕਸਟਮਰ ਦੇ ਅਕਾਊਂਟ ਨੂੰ ਕੀ ਕਰ ਦੇਗਾ ਕ੍ਰੈਡਿਟ ਤਾਂ ਉਸ ਡਾਕੂਮੈਂਟ ਨੂੰ ਕਿਉਂਕਿ ਉਸ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਕ੍ਰੈਡਿਟ ਕੀਤਾ ਜਾ ਰਿਹਾ ਤੁਹਾਡੇ ਅਕਾਊਂਟ ਨੂੰ ਤਾਂ ਇਹੀ ਕਾਰਨ ਹੈ ਉਸ ਡਾਕੂਮੈਂਟ ਦਾ ਨਾਮ ਵੀ ਕ੍ਰੈਡਿਟ ਨੋਟ ਹੈ ਇਟ ਇਸ ਐਨ ਇਨਟੀਮੇਸ਼ਨ ਟੂ ਹਿਮ ਉਸ ਨੂੰ ਇਨਫੋਰਮੇਸ਼ਨ ਇਨਟੀਮੇਸ਼ਨ ਸੂਚਨਾ ਦਿੱਤੀ ਜਾਂਦੀ ਹੈ ਹਿ ਮਤਲਬ ਕਸਟਮਰ ਜਿਹਨੂੰ ਅਸੀਂ ਕਦੇ ਸੇਲ ਕੀਤੀ ਸੀ ਕਸਟਮਰ ਨੇ ਸਾਨੂੰ ਮੰਨ ਲਓ ਚੀਜ਼ਾਂ ਵਾਪਿਸ ਕਰਤੀਆਂ ਤਾਂ ਅਸੀਂ ਉਸ ਨੂੰ ਉਹਨੇ ਸਾਨੂੰ ਜਦੋਂ ਗੁੱਡਸ ਵਾਪਿਸ ਕੀਤੀਆਂ ਜੇ ਉਸ ਵਿਅਕਤੀ ਦੇ ਲਈ ਕਸਟਮਰ ਦੇ ਲਈ ਉਹ ਪਰਚੇਜ਼ ਰਿਟਰਨ ਸੀ ਤਾਂ ਸਾਡੇ ਲਈ ਉਹ ਸੇਲਜ਼ ਰਿਟਰਨ ਹੈ ਕਿਉਂਕਿ ਅਸੀਂ ਤਾਂ ਸੇਲ ਕੀਤੀ ਸੀ ਉਸ ਨੂੰ ਤੇ ਉਹਨੂੰ ਇਨਫੋਰਮੇਸ਼ਨ ਅਸੀਂ ਦਵਾਂਗੇ ਮੰਨ ਲਓ ਸਾਡੇ ਕੋਲ ਗੁੱਡਸ ਵਾਪਿਸ ਆਈਆਂ ਅਸੀਂ ਆਪਣੇ ਕਸਟਮਰ ਨੂੰ ਇਨਫੋਰਮੇਸ਼ਨ ਦਵਾਂਗੇ ਜਿਨੇ ਸਾਨੂੰ ਡੈਬਿਟ ਨੋਟ ਭੇਜਿਆ ਸੀ ਕਿ ਯੂਰ ਅਕਾਊਂਟ ਹੈਜ਼ ਬੀਨ ਕ੍ਰੈਡਿਟਡ ਵਿਦ ਦਾ ਨੈਟ ਵੈਲਿਊ ਆਫ ਦਾ ਗੁੱਡਸ ਰਿਟਰਨ ਕਿ ਤੁਹਾਡਾ ਅਕਾਊਂਟ ਇੰਨੇ ਅਮਾਊਂਟ ਦੇ ਨਾਲ ਜਿੰਨੇ ਦੀਆਂ ਤੂੰ ਗੁੱਡਸ ਭੇਜੀਆਂ ਨੇ ਉਹਨੇ ਨਾਲ ਕ੍ਰੈਡਿਟ ਕਰਤਾ ਕਲੀਅਰਲੀ ਹਾਂਜੀ ਇਸ ਤੋਂ ਇਲਾਵਾ ਕ੍ਰੈਡਿਟ ਨੋਟ ਕਈ ਹੋਰ ਕਾਰਨਾ ਕਰਕੇ ਵੀ ਹੋ ਸਕਦਾ ਜਿਨ੍ਹਾਂ ਨੂੰ ਕਈ ਵਾਰ ਕਿਸੇ ਹੋਰ ਕਾਰਨ ਕਰਕੇ ਵੀ ਜੇਕਰ ਕ੍ਰੈਡਿਟ ਕੀਤਾ ਜਾਂਦਾ ਉਸ ਦੇ ਅਕਾਊਂਟ ਨੂੰ ਹੋ ਸਕਦਾ ਕੋਈ ਪਾਰਸ਼ਲੀ ਡੈਮੇਜਡ ਗੁੱਡਸ ਹੋਣ ਇਨਫੀਰੀਅਰ ਕੁਆਲਿਟੀ ਆਫ ਗੁੱਡਸ ਹੋਣ ਰੋਂਗ ਕੈਲਕੂਲੇਸ਼ਨ ਹੋ ਗਈ ਵਨ ਵਾਈਸ ਤਾਂ ਵੀ ਜੇਕਰ ਕ੍ਰੈਡਿਟ ਕਰਨਾ ਪੈਂਦਾ ਹੈ ਤਾ ਵੀ ਕ੍ਰੈਡਿਟ ਨੋਟ ਭੇਜਿਆ ਜਾਂਦਾ ਹੈ ਉਸ ਨੂੰ ਇਨਫੋਰਮ ਕਰਨ ਦੇ ਲਈ ਕਿ ਤੁਹਾਨੂੰ ਇੰਨੇ ਅਮਾਉਂਟ ਨਾਲ ਕ੍ਰੈਡਿਟ ਕੀਤਾ ਗਿਆ ਕਲੀਅਰ ਹੋ ਗਿਆ ਸਟੂਡੈਂਟਸ ਯੈਸ ਆਓ ਇਹਦੀ ਐਗਜ਼ਾਮ ਕ੍ਰੈਡਿਟ ਨੋਟ ਦੀ ਇਹ ਆ ਫਾਰਮੈਟ ਆਫ ਕ੍ਰੈਡਿਟ ਨੋਟ ਹੁਣ ਦੇਖੋ ਕ੍ਰੈਡਿਟ ਨੋਟ ਉੱਪਰ ਲਿਖਿਆ ਹੋਵੇ ਪਹਿਲਾਂ ਉਸ ਬਿਜ਼ਨਸ ਫਾਰਮ ਦਾ ਨਾਮ ਆਉਂਦਾ ਹੁੰਦਾ ਕੋਈ ਵੀ ਹੋਵੇ ਜਿਵੇਂ ਇੱਥੇ ਮੈਡੀਸਨ ਕਿੰਗਡਮ ਚੰਡੀਗੜ੍ਹ ਹੈ ਇਨਵਾਈਸ ਕ੍ਰੈਡਿਟ ਨੋਟ ਨੰਬਰ 34 ਹੈ ਤੇ ਇਸ ਦੇ ਵਿੱਚ ਵੀ ਕਿਉਂਕਿ ਜਿਸ ਦਿਨ ਵਸਤੂਆਂ ਸੇਲ ਕੀਤੀਆਂ ਸੀ ਤਾਂ ਸੇਲ ਦਾ ਬਿੱਲ ਕਟਿਆ ਹੋਣਾ ਜਿਹਨੂੰ ਇਨਵੌਇਸ ਕਹਿੰਦੇ ਨੇ ਉਸ ਤੋਂ ਹੀ ਤਾਂ ਪਤਾ ਲੱਗੇਗਾ ਕਿ ਉਹ ਵਸਤੂਆਂ ਦਾ ਰੇਟ ਕੀ ਸੀ ਤਾਂ ਹੀ ਇਨਵੌਇਸ ਦਾ ਨੰਬਰ ਆ ਗਿਆ ਇੱਥੇ ਨਾਲ ਤੇ ਨਾਲ ਕਿਉਂਕਿ ਇਹ ਡੈਬਿਟ ਨੋਟ ਪ੍ਰਾਪਤ ਹੋਣ ਤੋਂ ਬਾਅਦ ਕ੍ਰੈਡਿਟ ਨੋਟ ਭੇਜਿਆ ਜਾ ਰਿਹਾ ਤਾਂ ਕ੍ਰੈਡਿਟ ਡੈਬਿਟ ਨੋਟ ਦਾ ਨੰਬਰ ਆਇਆ ਜਦੋਂ ਵਸਤੂਆਂ ਵਾਪਸ ਆ ਗਈਆਂ ਸੀ ਜਿਸ ਦੇ ਵਿੱਚ ਇਨਫਾਰਮ ਕੀਤਾ ਗਿਆ ਸੀ ਮੰਨ ਲਓ ਸਾਨੂੰ ਇਨਫਾਰਮ ਕੀਤਾ ਸੀ ਅਸੀਂ ਮੈਡੀਸਨ ਕਿੰਗਡਮ ਚੰਡੀਗੜ੍ਹ ਵਾਲੇ ਕਿਨੇ ਇਨਫਾਰਮ ਕੀਤਾ ਸੀ AMITI एजेंसी ਚੰਡੀਗੜ੍ਹ ਵਾਲਿਆਂ ਨੇ ਸਾਨੂੰ ਇਨਫੋਰਮ ਕੀਤਾ ਸੀ ਕਿ ਤੁਹਾਡੇ ਅਕਾਊਂਟ ਨੂੰ ਕ੍ਰੈਡਿਟ ਕੀਤਾ ਹੈ ਤਾਂ ਉਸ ਅਸੀਂ AMITI एजेंसी ਚੰਡੀਗੜ੍ਹ ਦੇ ਅਕਾਊਂਟ ਨੂੰ ਕ੍ਰੈਡਿਟ ਕੀਤਾ ਹੈ ਕਿਉਂਕਿ ਉਹਨਾਂ ਤੋਂ ਡੈਬਿਟ ਨੋਟ ਪ੍ਰਾਪਤ ਹੋਇਆ ਸੀ ਵੀ ਆਰ ਕ੍ਰੀਏਟ ਕ੍ਰੈਡਿਟਿੰਗ ਯੂਰ ਅਕਾਊਂਟ ਵਿਦ ਦਾ ਵੈਲਿਊ ਆਫ ਅੰਡਰ ਮੈਂਸ਼ਨਡ ਗੁੱਡਸ ਰਿਟਰਨਡ ਬਾਈ ਯੂ ਫੋਰ ਦਾ ਰੀਜ਼ਨ ਸਟੇਟਡ ਬਿਲੋ ਕਿਉਂਕਿ ਤੁਸੀਂ ਸਾਨੂੰ ਸਪਲਾਇਰ ਆਪਣੇ ਕਸਟਮਰ ਨੂੰ ਲਿਖਦਾ ਹੈ ਕ੍ਰੈਡਿਟ ਨੋਟ ਕਿ ਕਿਉਂਕਿ ਤੁਸੀਂ ਸਾਨੂੰ ਗੁੱਡਸ ਵਾਪਿਸ ਕੀਤੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਕਦੇ ਸੇਲ ਕੀਤੀਆਂ ਸੀ ਤੁਸੀਂ ਉਹ ਵਾਪਿਸ ਕਰਤੀਆਂ ਇਹੀ ਕਾਰਨ ਹੈ ਅਸੀਂ ਤੁਹਾਡੇ ਅਕਾਊਂਟ ਨੂੰ ਕ੍ਰੈਡਿਟ ਕਰ ਰਹੇ ਹਾਂ ਵਿਦ this credit note that is information ਇੱਕ ਡਾਕੂਮੈਂਟ ਤਿਆਰ ਹੋ ਗਿਆ ਦੇਖੋ ਬਾਇ ਸੇਲ ਰਿਟਰਨ ਸੇਲ ਰਿਟਰਨ ਕੀ ਕੀਤਾ ਜੋ ਵੀ ਆਈਟਮਸ ਹੋਵੇ ਉਹ ਲਿਖਨੇ ਆ ਉਹਦੀ ਕੁਆਂਟੀਟੀ ਆ ਗਈ ਬਾਕਸਿਸ ਆਫ ਕਾਰੋਸਿੰਟ ਕ੍ਰੋਸਿੰਟ ਟੇਬਲਸ ਬਾਕਸਿਸ ਆਫ ਕਫ ਸਰਪ ਤੇ ਦਵਾਈਆਂ ਦਾ ਬਿੱਲ ਹੈ ਵੀ ਧਿਆਨ ਇੱਕ ਕ੍ਰੈਡਿਟ ਨੋਟ ਹੈ 2400 600 ਟੋਟਲ 9000 ਆ ਗਿਆ ट्रेड डिस्काउंट उस टाइम देता होना तो हूं भी माइनस करा ये ध्यान रखियो तो लैस वैल्यू वैल करके वैल्यू बन गई एट थाउजेंड वन हंड्रेड क्यों बीइंग द आउटडेटड गुड सेंट क्योंकि वस्तुआं आउटडेटड हो गई पुरानिया हो गई सी तीन वापिस कीतिया क्योंकि बिज आम तौर पर मैडसन चुना जो एक्सपायरी डेट हो जाए वस्तुओं वाप ए मैडीसन वापस कर देने बहुत सारे तो उस अमाउंट ना क्रैडिट करता एक क्रैडिट नोट है एक गल ध्यान रखियो रिवर्स इंपैक्ट है जे कस्टमर ਪਰਚੇਸ ਕਰਨ ਤੋਂ ਬਾਅਦ ਗੁੱਡਸ ਰਿਟਰਨ ਕਰਦਾ ਹੈ ਆਪਣੇ ਸਪਲਾਇਰ ਨੂੰ ਤਾਂ ਉਹ ਡੈਬਿਟ ਨੋਟ ਲਿਖਦਾ ਹੈ ਜਦੋਂ ਸਪਲਾਇਰ ਕੋਲ ਵਸਤੂਆਂ ਵਾਪਸ ਆ ਜਾਂਦੀਆਂ ਨੇ ਤੇ ਉਹ ਨੂੰ ਇਨਫੋਰਮੇਸ਼ਨ ਦੇ ਲੈ ਕੇ ਅਸੀਂ ਤੁਹਾਡੇ ਅਕਾਊਂਟ ਨੂੰ ਕ੍ਰੈਡਿਟ ਕਰਤਾ ਫਿਰ ਉਹ ਕ੍ਰੈਡਿਟ ਨੋਟ ਲਿਖਦਾ ਹੈ ਇਸ ਤਰ੍ਹਾਂ ਦੇ ਨਾਲ ਦੋਨਾਂ ਕੋਲ ਚਾਹੇ ਉਹ ਕਸਟਮਰ ਆ ਜਾਂ ਸਪਲਾਇਰ ਦੋਨਾਂ ਕੋਲ ਹੀ ਸੋਰਸ ਡਾਕੂਮੈਂਟ ਤਿਆਰ ਹੋ ਜਾਂਦੇ ਨੇ ਇਕੁਅਲ ਡੈਬਿਟ ਨੋਟ ਤੇ ਇਕੁਅਲ ਕ੍ਰੈਡਿਟ ਨੋਟ ਤੇ ਦੋਨਾਂ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਉਸ ਵਿਅਕਤੀ ਦੇ ਅਕਾਊਂਟ ਨੂੰ ਡੈਬਿਟ ਕਰਤਾ ਜਾਂ ਕ੍ਰੈਡਿਟ ਕਰਤਾ نیچے ਉਹੀ O ਐਂਡ O E R ਰੈਂਡਮਿਸ਼ਨ ਐਕਸਪੈਕਟਡ ਫੁੱਲ ਚੁਕਾ ਮਾ ਹਾਂਜੀ ਇਥੇ ਸਿਗਨੇਚਰ ਆ ਜਾਣਗੇ অথেন্টিਕੇਟਡ ਇੱਕ ਕ੍ਰੈਡਿਟ ਨੋਟ ਤਿਆਰ ਹੋ ਗਿਆ ਇਹ ਹੈ ਕ੍ਰੈਡਿਟ ਨੋਟ ਦਾ ਫਾਰਮੈਟ ਬਿਜ਼ਨਸ ਦੇ ਅਕੋਰਡਿੰਗਲੀ ਨਾਮ ਵਸਤੂਆਂ ਚੇਂਜ ਹੋ ਜਾਂਦੇ ਸੇਲ ਰਿਟਰਨ ਬੁੱਕ ਦੇ ਵਿੱਚ ਯੂਜ਼ ਹੁੰਦਾ ਕਿਉਂਕਿ ਜਦੋਂ ਸੇਲਸ ਰਿਟਰਨ ਹੋ ਰਹੀ ਹੈ ਡੇਟ ਪਾਰਟਿਕੂਲਰਸ ਉੱਥੇ ਹੁੰਦਾ ਤੁਸੀਂ ਦੇਖਿਓ ਆਪਾਂ ਕਰਾਂਗੇ ਅਲੱਗ ਵੀਡੀਓਜ਼ ਨੇ ਹੋ ਕ੍ਰੈਡਿਟ ਨੋਟ ਨੰਬਰ ਇੱਥੇ ਲਿਖਿਆ ਹੋਇਆ ਹੁੰਦਾ ਲੈਜਰ ਫੋਲੀਓ ਅਮਾਉਂਟ ਤਾਂ ਹੀ ਤਾਂ ਅਸੀਂ ਕ੍ਰੈਡਿਟ ਨੋਟ ਸ਼ਬਦ ਦੱਸ ਰਹੇ ਹਾਂ ਕਿ ਇਹ ਸੇਲਜ਼ ਰਿਟਰਨ ਬੁੱਕ ਦਾ ਸੋਰਸ ਰਜਿਸਟਰ ਸੋ ਸਟੂਡੈਂਟਸ ਜਲਦੀ ਨਾਲ ਆਪਾਂ ਡੈਬਿਟ ਨੋਟ ਤੇ ਕ੍ਰੈਡਿਟ ਨੋਟ ਕਰ ਲਿਆ ਇੱਕ ਵਾਰੀ ਇਹਨਾਂ ਦੀ ਡਿਫਰੈਂਸ ਵੀ ਦੇਖ ਲਈਏ ਪ੍ਰਿਪੇਅਰਡ ਐਂਡ ਸੈਂਟ ਬਾਈ ਦਾ ਕਸਟਮਰ ਟੂ ਸਪਲਾਈਅਰ ਜਿਹੜਾ ਡੈਬਿਟ ਨੋਟ ਹੈ ਕਸਟਮਰ ਤਿਆਰ ਕਰਦਾ ਹੈ ਸਪਲਾਈਅਰ ਨੂੰ ਭੇਜਦਾ ਹੈ ਇਨਫੋਰਮੇਸ਼ਨ ਦੇਣ ਦੇ ਲਈ ਪ੍ਰਿਪੇਅਰਡ ਐਂਡ ਸੈਂਟ ਬਾਈ ਸਪਲਾਈਅਰ ਟੂ ਹਿਸ ਕਸਟਮਰ ਜਿਹੜਾ ਕ੍ਰੈਡਿਟ ਨੋਟ ਹੈ ਸਪਲਾਈਅਰ ਆਪਣੇ ਕਸਟਮਰ ਨੂੰ ਭੇਜਦਾ ਹੈ ਬਦਲੇ ਦੇ ਵਿੱਚ ਓਕੇ ਇਟ ਇਨਫોર્ਮਸ ਸਪਲਾਈਅਰ ਦੈਟ ਹਿਸ ਅਕਾਊਂਟ ਹੈਜ਼ ਬੀਨ ਡੈਬਿਟਿਡ ਸਪਲਾਈਅਰ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਸਟਮਰ ਦੁਆਰਾ ਕਿ ਉਸ ਦਾ ਅਕਾਊਂਟ ਡੈਬਿਟ ਕਰ ਦਿੱਤਾ ਗਿਆ ਜਿੰਨਾ ਹੀ ਅਮਾਊਂਟ ਦੀਆਂ ਵਸਤੂਆਂ ਵਾਪਸ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਕ੍ਰੈਡਿਟ ਨੋਟ ਦੇ ਵਿੱਚ ਕੀ ਹੁੰਦਾ ਇਟ ਇਨਫੋਰਮਸ ਕਸਟਮਰ ਦੈਟ ਹਿਸ ਅਕਾਊਂਟ ਹੈਜ਼ ਬੀਨ ਕ੍ਰੈਡਿਟਿਡ ਕਿ ਉਸ ਦਾ ਅਕਾਊਂਟ ਕ੍ਰੈਡਿਟ ਕੀਤਾ ਗਿਆ ਵਿਦ ਦਾ ਅਮਾਊਂਟ ਸ਼ੋਨ ਇਟ ਜੋ ਵੀ ਅਮਾਊਂਟ ਦਿਖਾਇਆ ਗਿਆ ਉਸ ਸੋਰਸ ਡਾਕੂਮੈਂਟ ਫਾਰ ਐਂਟਰੀਜ਼ ਇਨ ਪਰਚੇਸ ਰਿਟਰਨ ਬੁੱਕ ਫਾਰ ਰਿਟਰਨ ਆਊਟਵਰਡ ਬੁੱਕ ਇੱਕੋ ਹੀ ਗੱਲ ਹੁੰਦੀ ਹੈ ਪਰਚੇਸ ਰਿਟਰਨ ਤੇ ਰਿਟਰਨ ਆਊਟਵਰਡ ਬੁੱਕ ਇੱਕੋ ਹੀ ਗੱਲ ਹੈ ਇਹ ਤੇ ਇਹ ਇੱਕ ਸੋਰਸ ਡਾਕੂਮੈਂਟ ਹੁੰਦਾ ਹੈ ਡੈਬਿਟ ਨੋਟ ਪਰਚੇਸ ਰਿਟਰਨ ਜਾਂ ਰਿਟਰਨ ਆਊਟਵਰਡ ਬੁੱਕ ਦੇ ਲਈ ਜਦੋਂ ਕਿ ਕ੍ਰੈਡਿਟ ਨੋਟ ਸੋਰਸ ਡਾਕੂਮੈਂਟ ਹੁੰਦਾ ਹੈ ਸੇਲਜ਼ ਰਿਟਰਨ ਜਾਂ ਰਿਟਰਨ ਇਨਵਰਡ ਬੁੱਕ ਦੇ ਲਈ ਇਹ ਗੱਲ ਹੋਰ ਬੜੀ ਇੰਪੋਰਟੈਂਟ ਹੈ ਜਿਹੜਾ ਡੈਬਿਟ ਨੋਟ ਹੈ ਬਲੂ ਇੰਕ ਨਾਲ ਲਿਖਿਆ ਜਾਂਦਾ ਸੀ ਤੇ ਕ੍ਰੈਡਿਟ ਨੋਟ ਰੈਡ ਇੰਕ ਨਾਲ ਇਹ ਧਿਆਨ ਰੱਖਿਓ ਇੱਕ ਅਕੜ ਮੈਂਸ਼ਨ ਚੱਲੀ ਆ ਰਹੀ ਹੈ ਇਹਨਾਂ ਦੀ ਪਛਾਣ ਬਣਾਉਣ ਦੇ ਲਈ ਯੂਸੂਲੀ 5th ਹੈ ਯੂਸੂਲੀ ਡੈਬਿਟ ਨੋਟ ਡਸਨਟ ਫਾਲੋ ਕ੍ਰੈਡਿਟ ਨੋਟ ਆਮ ਤੌਰ ਤੇ ਡੈਬਿਟ ਨੋਟ ਤੋਂ ਬਾਅਦ ਆ ਰਿਹਾ ਯੂਸੂਲੀ ਡੈਬਿਟ ਨੋਟ ਡਸਨਟ ਫਾਲੋ ਕ੍ਰੈਡਿਟ ਨੋਟ ਜਦੋਂ ਕ੍ਰੈਡਿਟ ਨੋਟ ਆ ਜਾਂਦਾ ਉਸ ਤੋਂ ਬਾਅਦ ਨਹੀਂ ਡੈਬਿਟ ਨੋਟ ਭੇਜਿਆ ਜਾਂਦਾ ਆਮ ਤੌਰ ਤੇ ਕੁਝ ਕੇਸਿਸ ਹੈਗੇ ਉਹਨਾਂ ਨੂੰ ਛੱਡ ਕੇ ਜਨਰਲੀ ਕ੍ਰੈਡਿਟ ਨੋਟ ਫਾਲੋਸ ਅ ਡੈਬਿਟ ਨੋਟ ਜਦੋਂ ਕਿ ਕ੍ਰੈਡਿਟ ਨੋਟ ਜਦੋਂ ਡੈਬਿਟ ਨੋਟ ਪ੍ਰਾਪਤ ਹੋ ਜਾਂਦਾ ਉਸ ਤੋਂ ਬਾਅਦ ਹੀ ਭੇਜਿਆ ਜਾਂਦਾ ਹੈ हैविंग इन्फॉर्मेशन ऑफ गुड्स रिटर्न डेबिट नोट जो गुड्स वापिस कितने इनफॉर्मेशन होंगी है सर्व एज एक्नोलेजमेंट ऑफ गुड्स रिसीव एक प्राप्ति रसीदम करता है एक्नोलेजमेंट स्लिप के रूप क्रैडिट नोट के गुड्स प्राप्त हो गई सो स्टूडेंट्स यहाँ का डिफरेंस आई थिंक कॉन्सैप्ट क्लीयर हो गया यस स्टूडेंट्स आई थिंक द होल कॉन्सैप्ट इज क्लीयर यू विल गेट मैक्सीम हियर ऑन माई चैनल जानकारी हित ਹੋਰ ਬਹੁਤ ਸਾਰੀਆਂ ਵੀਡੀਓਜ਼ ਨੇ ਡਿਫਰੈਂਟ ਸਬਜੈਕਟਸ ਦੇ ਉੱਤੇ ਉਹਨਾਂ ਨੂੰ ਵੀ ਦੇਖਦੇ ਰਹੋ ਨਵੀਆਂ ਵੀਡੀਓਜ਼ ਆਣੀਆਂ ਉਹਨਾਂ ਦਾ ਵੀ ਇੰਸਾਰ ਕਰੋ ਤੇ ਬਹੁਤ ਸਾਰੀਆਂ ਨਵੇਂ ਕੰਟੈਂਟ ਸਿੱਖਣ ਦੇ ਜਾਣਕਾਰੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਜੇ ਤੱਕ ਨਹੀਂ ਕੀਤਾ ਟੈਲ देन थैंक यू ਵੈਰੀ ਮਚ